ਠੀਕ ਹੈ ਜੀ ਤੇ ਸਾਡੇ ਬੱਚਿਆਂ ਨਾਲ ਦਾ ਛੇੜਖਾਨੀ ਕਰਦੇ ਸਰ ਠੀਕ ਹੈ ਜੀ ਸ਼ਰਾਬਾ ਪੀ ਕੇ ਠੀਕ ਹੈ ਜੀ ਕੌਣ ਕਰਦੇ ਜੀ ਸਤਨਾਮ ਸਰ ਠੀਕ ਹੈ ਜੀ ਇੱਥੇ ਕਿਹੜੀ ਕਲਾਸ ਨੂੰ ਪੜਾਉਂਦੇ ਉਹ 6th ਕਲਾਸ ਨੂੰ ਅੱਛਾ ਜੀ ਹੁਣ ਪੁਲਿਸ ਆਈ ਹੈ ਤੇ ਕੀ ਕਹਿ ਰਹੇ ਪੁਲਿਸ ਵਾਲੇ ਸਰਕਾਰ ਮੈਂ ਹੁਣੇ ਹੀ ਆਈ ਆ ਮੈਨੂੰ ਹੁਣੇ ਹੀ ਫੋਨ ਗਿਆ ਮੈਨੂੰ ਇਹਨਾਂ ਦੀਦੀ ਹੁਣੇ ਫੋਨ ਕੀਤਾ ਠੀਕ ਹੈ ਜੀ ਕੀ ਮੰਗ ਕਰਦੇ ਹੁਣੇ ਇਹਨਾਂ ਦੇ ਖਿਲਾਫ ਹੁਣ ਇਹਨਾਂ ਨੂੰ ਇੱਥੋਂ ਛਿੱਤਰ ਮਾਰਨੇ ਹੋਰ ਤਾਂ ਅਸੀਂ ਕੀ ਕਰਦੇ ਛਿੱਤਰ ਮਾਰਨੇ ਜਿਹੜੇ ਬਾਕੀ ਜਿਹੜੇ ਬਾਕੀ ਇਹ ਟੀਚਰ ਆ ਮੈਡਮਾਂ ਇੱਥੇ ਪੜਾ ਰਹੀਆਂ ਉਹ ਦਾ ਕੀ ਕਹਿਣਾ ਹੈਗਾ ਸਾਰ ਲਿਆ ਹਾਂਜੀ ਜਿਹੜੀਆਂ ਭੈਣ ਜੀ ਜਿਹੜੀਆਂ ਬਾਕੀ ਇੱਥੇ ਮੈਡਮਾਂ ਟੀਚਰ ਹੈਗੀਆਂ ਉਹਨਾਂ ਦਾ ਕੀ ਕਹਿਣਾ ਉਹਨਾਂ ਨੇ ਮਤਲਬ ਮੌਕੇ ਤੇ ਛੜਾਇਆ ਨਹੀਂ ਉਹਨਾਂ ਨੂੰ ਜਾ ਕੋਈ ਕੀ ਕਹਿਣਾ ਉਹਨਾਂ ਦਾ ਨਹੀਂ ਉਹ ਹੁਣ ਇੱਥੇ ਦੌੜ ਚੁੱਕਾ ਜੀ ਸਤਨਾਮ ਸਿੰਘ ਦੱਸਿਆ ਜਾ ਰਿਹਾ ਕਿ ਸ਼ਰਾਬ ਵੀ ਪੀਤੀ ਸੀ ਉਹਨੇ ਇਹਦੇ ਬਾਰੇ ਤੁਸੀਂ ਅੱਛਾ ਜੀ ਠੀਕ ਹੈ ਤੁਹਾਡਾ ਕੀ ਨਾਮ ਆ ਜੀ ਮੇਰਾ ਮਦਨ ਪਾ ਕਿਹੜਾ ਪਿੰਡ ਸ਼ਾਮਸਰ ਠੀਕ ਹੈ ਕੀ ਕਹਿਣਾ ਚਾਹੁੰਦੇ ਹੋ ਕੀ ਮੰਗ ਕਰਦੇ ਹੋ ਤੁਸੀਂ ਇਹਨੂੰ ਸਸਪੈਂਡ ਕੀਤਾ ਜਾਵੇ ਇਹਦੇ ਸਜ਼ਾ ਦਿੱਤੀ ਜਾਵੇ ਜੋ ਵੀ ਇਹਨੇ ਗਲਤ ਕੰਮ ਕੀਤਾ ਠੀਕ ਹੈ ਜੀ ਹਾਂਜੀ ਭਾਜੀ ਆਪ ਜੀ ਦਾ ਕੀ ਨਾਮ ਆ ਜੀ ਠੀਕ ਹੈ ਜੀ ਇਹ ਜੋ ਘਟਨਾ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਭਾਜੀ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉੱਥੇ ਬਣਨੀ ਚਾਹੀਦੀ ਆ ਕੱਲ੍ਹ ਕਿਸੇ ਹੋਰ ਲੜਕੀ ਨਾਲ ਵੀ ਧੱਕਾ ਹੋ ਸਕਦਾ ਹਨਾ ਕਿਉਂਕਿ ਸਾਰੇ ਮਾਂ ਪਿਓ ਜਿਹਦਾ ਨਿਆਣੇ ਦੇਖ ਕੇ ਭੇਜਦੇ ਮੇਰਾ ਸਕੂਲਾ ਨਿਆਣਾ ਬੱਚਾ ਸੇਫ ਰਹੇ ਕਿਹੜੀ ਕਲਾਸ ਨੂੰ ਪੜਾਉਣਾ ਸੀਗਾ ਜੀ ਇਹ ਟੀਚਰ 6th ਕਲਾਸ ਠੀਕ ਹੈ ਜੀ ਹਾਂਜੀ ਸਰ ਕੀ ਗੱਲ ਹੋਈ ਆ ਜਿਹੜੀ ਤੁਸੀਂ ਇਕੱਠੇ ਹੋਏ ਹੋ ਅੱਜ ਦੇਖੋ ਜੀ ਇਸ ਪ੍ਰਾਇਮਰੀ ਸਕੂਲ ਦੇ ਵਿੱਚ ਮੇਰਾ ਮਾਸਟਰ ਆਇਆ ਤਾਂ ਮਾਸਟਰ ਸਤਨਾਮ ਸਿੰਘ ਜੀ ਤੇ ਉਹਨਾਂ ਨੇ ਪੂਰਾ ਬੱਚਿਆਂ ਦੇ ਨਾਲ ਬਹੁਤ ਗਲਤ ਲਫ਼ਜ਼ ਬੋਲੇ ਤੇ ਕਾਫੀ ਚਿਰਾਂ ਤੋਂ ਇਹ ਕੰਮ ਕਰਦਾ ਆ ਰਿਹਾ ਉਹਨੂੰ ਪਹਿਲਾਂ ਤੋਂ ਵੀ ਕਿਸੇ ਨੇ ਨੱਥ ਨਹੀਂ ਪਾਈ ਪਹਿਲਾਂ ਵੀ ਉਹ ਸਸਪੈਂਡ ਕੀਤਾ ਸੀ ਫਿਰ ਦੁਬਾਰਾ ਡਿਊਟੀ 'ਤੇ ਚੜ ਗਿਆ ਜਦੋਂ ਡਿਊਟੀ 'ਤੇ ਆਉਂਦਾ ਦਾਰੂ ਪੀਤੀ ਤੋਂ ਬਗੈਰ ਨਹੀਂ ਆਉਂਦਾ ਅੱਛਾ ਦਾਰੂ ਪੀ ਕੇ ਆਉਂਦਾ ਡਿਊਟੀ ਨਹੀਂ ਆਉਂਦਾ ਜੀ ਤੇ ਅੱਜ ਵੀ ਉਹ ਇਦਾਂ ਹੀ ਆਇਆ ਅਸੀਂ ਜਦੋਂ ਸਕੂਲ ਦੇ ਵਿੱਚ ਮਾਸਟਰਾਂ ਦੇ ਨਾਲ ਮੈਡਮਾਂ ਦੇ ਨਾਲ ਗੱਲ ਕੀਤੀ ਆ ਤੇ ਉਹਨਾਂ ਨੂੰ ਆਣ ਕੇ ਪੁੱਛਿਆ ਵੀ ਕੀ ਗੱਲ ਹੋਈ ਆ ਉਹ ਮੈਡਮਾਂ ਨੇ ਵੀ ਕਿਹਾ ਵੀ ਜਿਹੜਾ ਸਰਵਾ ਇਹ ਹੈਗਾ ਗਲਤ ਆ ਜਦੋਂ ਵੀ ਇਹ ਆ ਰਿਹਾ ਵੀ ਇਦਾਂ ਹੀ ਕਰਦਾ ਆ ਉਹ ਹਰੇਕ ਬੱਚਿਆਂ ਦੇ ਨਾਲ ਕਰਦਾ ਆ ਹਰਕਤ ਕਰਦਾ ਆ ਅਤੇ ਅਸੀਂ ਇਸ ਬੰਦੇ ਨੂੰ ਜਿਹੜੀ ਬਣਦੀ ਕਾਰਵਾਈ ਆ ਅਸੀਂ ਇਹਦੇ 'ਤੇ ਕਰਾਉਣੀ ਆ ਜੋ ਵੀ ਬਣਦੀ ਕਾਰਵਾਈ ਆ ਭੋਰਾ ਬੱਚਿਆਂ ਨੂੰ ਅਸੀਂ ਸਕੂਲ ਦੇ ਵਿੱਚ ਭੇਜਦੇ ਹਾਂ ਪੜ੍ਹਾਉਣ ਵਾਸਤੇ ਇਹ ਨਹੀਂ ਵੀ ਕੋਈ ਗਲਤ ਲਫ਼ਜ਼ ਨਿਆਣਿਆਂ ਨੂੰ ਕਿਹਾ ਜਾਵੇ ਅਤੇ ਕੋਈ ਗਲਤ ਬੋਲਿਆ ਜਾਵੇ ਅਸੀਂ ਇਸ ਚੀਜ਼ ਦੇ ਬਹੁਤ ਬਰਖਿਲਾਫ਼ ਹਾਂ ਇਹ ਕਿਹੜੀ ਕਲਾਸ ਨੂੰ ਪੜ੍ਹਾ ਰਿਹਾ ਜੀ ਮਾਸਟਰ 6ਵੀਂ ਕਲਾਸ ਦੇ ਵਿੱਚ ਕਿਹੜਾ ਨਾਮ ਕੀ ਪਿੰਡ ਕੀ ਆਉਂਦਾ ਜੀ ਇਹਦਾ ਪਿੰਡ ਹੈਗਾ ਜੀ ਚੱਕ ਰਾਜੂ ਸਿੰਘ ਠੀਕ ਹੈ ਜੀ ਸਤਨਾਮ ਸਿੰਘ ਕਿੰਨੇ ਚਿਰ ਤੋਂ ਇੱਥੇ ਸਰਵਿਸ ਕਰਦਾ ਇਹ ਸਰਵਿਸ ਕਰਦੇ ਨੂੰ ਕਾਫੀ ਹੋ ਗਿਆ ਟਾਈਮ ਇਹਨੂੰ ਕਾਫੀ ਟਾਈਮ ਹੋ ਗਿਆ ਪਹਿਲਾਂ ਤੋਂ ਇਹ ਕੰਮ ਕਰਦਾ ਪਹਿਲਾਂ ਵੀ ਇਹਦੀਆਂ ਕਈ ਵਾਰ ਗਲਤ ਭਾਸ਼ਾ ਉਹ ਵੀ ਦਰਖਾਸਤ ਦੇ ਵਿੱਚ ਅਸੀਂ ਇਹਦਾ ਪੇਪਰ ਲਵਾਵਾਂਗੇ ਇੱਕ ਸਾਲ ਤੋਂ ਇਹਨੂੰ ਸਸਪੈਂਡ ਕਰਕੇ ਰੱਖਿਆ ਜੀ ਡੇਢ ਦੋ ਮਹੀਨੇ ਤੋਂ ਬਾਅਦ ਇਹਨੇ ਦੁਬਾਰਾ ਜੁਆਇਨਿੰਗ ਕੀਤੀ ਆ ਇਹਦੇ ਵਿੱਚ ਸਸਪੈਂਡ ਕਿਸ ਚੱਕਰ ਤੋਂ ਹੋਇਆ ਸੀਗਾ ਇਹ ਇਦਾਂ ਹੀ ਕੋਈ ਉਹ ਦੱਸਣਾ ਜੇ ਉਹਦਾ ਪੇਪਰ ਮਿਲ ਜਾਣਾ ਉਹ ਵੀ ਅਸੀਂ ਦਰਖਾਸਤ ਦੇ ਨਾਲ ਲਾਵਾਂਗੇ ਉਦੋਂ ਵੀ ਸਸਪੈਂਡ ਕਿਸ ਸ਼ਾਨ ਦਾ ਸੀ ਇਹੀ ਸਕੂਲ ਚ ਹੋਇਆ ਸੀਗਾ ਇਸੇ ਸਕੂਲ ਦੇ ਵਿੱਚ ਅੱਛਾ ਇਸੇ ਗਲਤ ਬੋਲਣ ਦੇ ਸ਼ਰਾਬ ਪੀਣ ਦੇ ਚੱਕਰ ਤੋਂ ਹੋਇਆ ਸੀ ਉਦੋਂ ਵੀ ਇਦਾਂ ਹੀ ਇਹਨੇ ਹਰਕਤ ਮਾੜੀ ਕੀਤੀ ਸੀ ਇਸ ਕਰਕੇ ਇਹਨੂੰ ਸਕੂਲ ਦੇ ਵਿੱਚੋਂ ਕੱਢਿਆ ਗਿਆ ਸੀਗਾ ਇੱਕ ਸਾਲ ਬਾਅਦ ਇਹ ਦੁਬਾਰਾ ਆਇਆ ਡੇਢ ਮਹੀਨੇ ਦੇ ਵਿੱਚ ਇਹਨੇ ਦੁਬਾਰਾ ਹੁਣ ਹਰਕਤਾਂ ਸ਼ੁਰੂ ਕਰਤੀਆਂ ਬੱਚੇ ਇੰਨੇ ਘਬਰਾਏ ਹੋਏ ਕਿ ਮਤਲਬ ਉਹ ਆਪਣੇ ਮਾਂ ਪਿਓ ਨੂੰ ਜਾ ਕੇ ਉਹਨਾਂ ਨੇ ਦੱਸਿਆ ਤਾਂ ਪੂਰੇ ਪਿੰਡ ਵਿੱਚ ਇਸ ਗੱਲ ਦਾ ਰੋਸ ਜਿਹੜਾ ਪਾਇਆ ਗਿਆ ਹਰ ਘਰ ਪ੍ਰਤੀ ਮਾਂ ਪਿਓ ਆਪਣੇ ਬੱਚੇ ਦੇ ਲਈ ਸਕੂਲ ਦੇ ਵਿੱਚ ਦਾਖਲ ਹੋ ਗਿਆ ਇਹ ਤੁਸੀਂ ਵੀਡੀਓ ਘੁਮਾ ਕੇ ਦਿਖਾ ਸਕਦੇ ਹੋ ਟੀਚਰ ਦਾ ਨਾਮ ਕੀ ਜਿਹੜੇ ਘਨੌਣੀ ਹਰਦੀਪ ਕੀ ਜੀ ਕਿਹੜਾ ਪਿੰਡ ਜੀ ਚੱਕਰਾ ਜੀ ਅੱਛਾ ਕਿਹੜੀ ਕਲਾਸ ਨੂੰ ਉਹ ਪੜਾਉਂਦਾ ਸੀਗਾ ਜੀ ਸਰ ਇਹਨਾਂ ਅੱਛਾ ਜੀ ਹਾਂਜੀ ਸਾਡੀ ਪੋਤੀ ਸੀਗੀ ਤੁਹਾਡੀ ਪੋਤੀ ਸੀ ਅੱਛਾ ਜੀ ਤੁਹਾਡਾ ਕੀ ਨਾਮ ਆ ਜੀ ਮੇਰਾ ਕਮਲਜੀਤ ਕਿਹੜਾ ਪਿੰਡ ਜੀ ਸਾਹਮਣੇ ਤੇ ਕਿੰਨੀਆਂ ਲੜਕੀਆਂ ਨਾਲ ਇਹਨਾਂ ਨੇ ਸਾਡਾ ਘਰ ਵੀ ਇੱਥੇ ਤੱਕ ਕਿੰਨੀਆਂ ਲੜਕੀਆਂ ਦਾ ਕੁੱਲ ਤਿੰਨ ਕਿ ਚਾਰ ਕਿੰਨੀਆਂ ਨੇ ਨਹੀਂ ਲੜਕੀਆਂ ਤਾਂ ਬਹੁਤ ਆ 5-6 ਲੜਕੀਆਂ ਆ ਸਾਰੀ ਕਲਾਸ ਬਤਨੀ ਇਹ ਅੱਛਾ ਸ਼ਰਾਬ ਪੀ ਕੇ ਕਿ ਕੰਮਦਾਰ ਸੀ ਪੁਲਿਸ ਵੀ ਪਹੁੰਚ ਚੁੱਕੀ ਹੈ ਤੁਸੀਂ ਦੇ ਸਕਦੇ ਹੋ ਅਸੀਂ ਪੂਰੀ ਜਾਣਕਾਰੀ ਲਵਾਂਗੇ ਕਿ ਕੀ ਮਾਮਲਾ ਹੈ ਔਰ ਦੋਸ਼ੀਆਂ ਖਿਲਾਫ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਕੂਲ ਦੇ ਮਾਸਟਰ ਜੋ ਹੈ ਟੀਚਰ ਹੈ ਉਹਨਾਂ ਵੱਲੋਂ ਹੀ ਇਹ ਘਨੌਣੀ ਹਰਕਤ ਨੂੰ ਅੰਜਾਮ ਦਿੱਤਾ ਗਿਆ ਹੈ ਪੂਰੀ ਕਲਾਸ ਤੁਸੀਂ ਕੈਮਰਾ ਲਿਜਾ ਸਕਦੇ ਹਾਂ ਬੱਚੇ ਸਾਰਿਆਂ ਨੇ ਗਲਤ ਬੋਲਿਆ ਠੀਕ ਸਰ ਕੀ ਮਾਮਲਾ ਜੀ ਕੰਪਲੇਂਟ ਆਈ ਸਾਡੇ ਕੋਲ ਸੰਤੋਸ਼ ਕੁਮਾਰੀ ਵੱਲੋਂ ਬਾਈਪਾ ਸੁਖਵਿੰਦਰ ਸਿੰਘ ਸ਼ਾਮਚਰ ਸੀ ਉਹਨਾਂ ਦੀ ਬੱਚੀ ਜਿਹੜੀ ਮਿਡਲ ਸਕੂਲ ਚ ਪੜ੍ਹਦੀ ਆ ਸ਼ਾਮਚਰ ਸੀ ਵੀ ਗਏ ਅਤੇ ਉੱਥੇ ਟੀਚਰ ਆ ਜੀ ਅਤੇ ਉਹਨੇ ਕੋਈ ਗਲਤ ਹਰਕਤ ਕੀਤੀ ਆ ਬੱਚਿਆਂ ਨਾਲ ਛੇੜਛਾੜ ਕੀਤੀ ਆ ਕਹਿੰਦੇ ਸਤਨਾਮ ਸਿੰਘ ਟੀਚਰ ਆ ਠੀਕ ਆ ਜੀ ਹਾਂਜੀ ਜੋ ਬਣਦੀ ਕਾਰਵਾਈ
केस रजिस्टर करके वर्दी कार्रवाई अमल में लिया जा रही। सर दसा जा रहा कि वो टीचर ने शराब भी पीती हुई सी। मैं मुलाजा करा रहे जी, वह अरेस्ट करके मुलाजा करावे जी, जो भी होगा बनती कार्रवाई की जाएगी। कि लड़कियों हरकत गलत जो की जाओ? तीन लड़की बेटिया ना दस दी जी। ठीक है जी, तीन लड़कियों जी। ठीक है जी, की इन्होंने खिलाफ हम कार्रवाई की जा रही है? बनता कार्रवाई कर रहे रजिस्टर केस करके, तो मुलाजा करा के जो भी है दरखास्त के आधार पर बनती कार्रवाई की जा रही।